ਹੈਗਾ ਸੀ ਜੁਮਾ ਯਾਨੀ ਕਿ ਫਰਾਈਡੇ ਅਤੇ ਅੱਜ ਅਸੀਂ ਨਹਾ ਧੋ ਰਹੇ ਹਾਂ ਯਾਨੀ ਕਿ ਨਹਾ ਧੋ ਲਿਆ ਅਤੇ ਜੁਮੇ ਤੋਂ ਪਹਿਲੇ ਮੈਂ ਨਹਾ ਲਿਆ ਅਤੇ ਮਨ ਹੁਣ ਯਾਦ ਆਇਆ ਹੁਣ ਨਹਾਤੀਏ ਚਲੋ ਖੈਰ ਹੁਣ ਮਨ ਪੋਨੀ ਵਗੈਰਾ ਕਰ ਆ ਰਹੀ ਹੈ ਅਤੇ ਮੰਮਾ ਚਾਏ ਲੈ ਕੇ ਆਈ ਹੈ ਮੈਂ ਚਾਏ ਪਹਿਲੇ ਵੀ ਪੀਲੀ ਹੁਣ ਵੀ ਪੀਲੀ ਚਲੋ ਦੋ ਦਫ਼ੇ ਚਾਏ ਮਿਲ ਗਈ ਮੈਨੂੰ ਦੇਖੋ ਮੰਮਾ ਨੇ ਚਾਏ ਸਾਡੇ ਦੋਨਾਂ ਵਾਸਤੇ ਬਣਾ ਕੇ ਰੱਖੀ ਹੈ ਇਮਾਨ ਆ ਜਾਓ ਅੱਛਾ ਇਮਾਨ ਨੇ ਪੋਨੀ ਸ਼ੋਨੀ ਕਰਾ ਲਈ ਹੈ ਹਾਂਜੀ ਅੱਜ ਹੈਗਾ ਸੀ ਜੁਮੇ ਹੈ ਨਾ ਤੇ ਆਓ ਮੈਂ ਤੁਹਾਨੂੰ ਹੁਣ ਜੁਮਾ ਬਜ਼ਾਰ ਵੀ ਲੈ ਕੇ ਜਾਊਂਗੀ ਪਹਿਲਾਂ ਅਸੀਂ ਚਾਏ ਪੀ ਲਈ ਮੈਂ ਚਾਏ ਪੀ ਲਾ ਸਰਦੀ ਬਹੁਤ ਹੀ ਚਾਏ ਪੀ ਲਓ ਤੁਸੀਂ ਦੋਨੇ ਭੈਣਾਂ ਅੱਜ ਚਾਏ ਪੀ ਲਓ ਹਾਂ ਪੀ ਲਾ ਚਾਏ ਹੁਣ ਅਸੀਂ ਮਿਲਦੀ ਹੈ ਚਾਏ ਪੀ ਕੇ ਆਪਣੀ ਹੁਣ ਤੁਸੀਂ ਵੇਖ ਲਓ ਅਸੀਂ ਚਾਹ ਵਗੈਰਾ ਪੀ ਲਈ ਹੈ ਮੰਮਾ ਚਾਏ ਅੱਛੀ ਬਣੀ ਸੀ ਚਲੋ ਆਏ ਹੁਣ ਆਪਾਂ ਬਾਹਰ ਚੱਲਦੇ ਹਾਂ ਅੱਜ ਨੀਚੇ ਚੱਲਦੇ ਹਾਂ ਅਸੀਂ ਆ ਕੇ ਗਰੇਲ ਵਾਲੇ ਏਰੀਆ 'ਚ ਮਾਨ ਛੇਤ ਛੇਤ ਭੱਜ ਗਏ ਤੁਸੀਂ ਵੇਖ ਲਓ ਅਸੀਂ ਆ ਚੁੱਕੇ ਹਾਂ ਬਾਹਰ ਅੱਗੇ ਆਪਾਂ ਫਿਲਹਾਲ ਜ਼ਿਆਦਾ ਨਹੀਂ ਜਾਣਾ ਅਤੇ ਆਓ ਹੁਣ ਬੈਕ ਚੱਲਦੇ ਹਾਂ ਅਸੀਂ ਵੇਖ ਰਹੇ ਬੈਕ ਆ ਚੁੱਕੇ ਹਾਂ ਯਾਨੀ ਕਿ ਬੈਕ ਅਤੇ ਸਾਡੀ ਗਲੀ ਹੈਗੀ ਬਹੁਤ ਯਾਨੀ ਕਿ ਇੰਜੋਏ ਹੋ ਰਿਹਾ ਅੱਜ ਦੀ ਗਲੀ ਦੇ ਵਿੱਚ ਅਸੀਂ ਹੁਣ ਅੱਗੇ ਜਾ ਰਹੇ ਹਾਂ ਅੱਗੇ ਭੱਜੀਏ ਆਪਾਂ ਵੀ ਹੁਣ ਅਸੀਂ ਜਾ ਰਹੇ ਹਾਂ ਯਾਨੀ ਕਿ ਕਾਰ ਹੁਣ ਆਪਾਂ ਜਾ ਰਹੇ ਹਾਂ ਕਾਰ ਹੈ ਨਾ ਇਮਾਨ ਹੁਣ ਮੈਂ ਤੁਹਾਨੂੰ ਆਪਣੀ ਗਲੀ ਦਾ ਏਰੀਆ ਵਿਖਾਉਣੀ ਹੈ ਸਾਡੀ ਗਲੀ ਕਹਿੰਦੀ ਹੈ ਯਾਨੀ ਕਿ ਬੱਚੇ ਖਾਚੀ ਖਾ ਰਹੀ ਹੋਈ ਬੱਚਿਆਂ ਨੇ ਵੀ ਨਾ ਬੱਚੇ ਵੀ ਇੰਜੋਏ ਕਰ ਰਹੇ ਨੇ ਕਿਉਂਕਿ ਅੱਜ ਫਰਾਈਡੇ ਹੈ ਬੱਚੇ ਸਕੂਲੋਂ ਛੇਤੀ ਛੁੱਟੀ ਹੋ ਗਈ ਸੀ ਸਾਡੀ ਗਲੀ ਅੱਜ ਹੁਣ ਉੱਪਰ ਚੱਲਦੇ ਹਾਂ ਹੁਣ ਅਸੀਂ ਜਾ ਰਹੇ ਹਾਂ ਤੁਸੀਂ ਦੇਖ ਰਹੇ ਹੋ ਮੈਂ ਬਾਹਰ ਆ ਚੁੱਕੀ ਹਾਂ ਸਾਨੂੰ ਮੈਂ ਤੁਹਾਨੂੰ ਕਿੰਨੇ ਵਲੋਗਾਂ 'ਚ ਦੱਸਿਆ ਮਗਰ ਜਿਹੜਾ ਕੁੱਤਾ ਨਾ ਮੇਰੇ ਕੋਲ ਨਹੀਂ ਆਉਂਦਾ ਹੈ ਮਾਨ ਆਇਆ ਮਾਨ ਅੱਜ ਫਰਾਈਡੇ ਬਹੁਤ ਮਜ਼ਾ ਆਇਆ ਹੈ ਨਾ ਮਾਨ ਬੜਾ ਮਜ਼ਾ ਆਇਆ ਨਹਾਤੇ ਤਾਤੇ ਫਿਰ ਮਜ਼ਾ ਹੀ ਆਇਆ ਨਹਾਤੇ ਵਕਤ ਗਰਮ ਸ਼ਰਮ ਪਾਣੀ ਕਰ ਕੁਰ ਕੇ ਨਹਾਤੇ ਨੂੰ ਅਤੇ ਅੱਜ ਹੈਗਾ ਸੀ ਫਰਾਈਡੇ ਅਤੇ ਫਰਾਈਡੇ ਨਾਹੁਨ ਵਗੈਰਾ ਵੀ ਕੱਟੇ ਮੈਂ ਕੱਟਣਾ ਹੀ ਭੁੱਲ ਗਈ ਮੇਰੇ ਨਾਹੁਨ ਦੀ ਬਹੁਤ ਬੁਰੇ ਹੋਏ ਹੋਏ ਨੇ ਚਲੋ ਖੈਰ ਅਸੀਂ ਅੱਜ ਇੱਦਾਂ ਉਹ ਖੇਲੇ ਇੰਨਾ ਖੇਲੇ ਅਸੀਂ ਵੇਖੋ ਜਗ੍ਹਾ ਦਾ ਹਾਲ ਕੀ ਬਣਾਇਆ ਹਾਲ ਕੀ ਜਗ੍ਹਾ ਦਾ ਬਣਾਇਆ ਹੋਇਆ ਚਲੋ ਖੈਰ ਅੱਜ ਆਪਾਂ ਅੰਦਰ ਚੱਲਦੇ ਹਾਂ ਤੁਸੀਂ ਦੇਖ ਰਹੇ ਹੋ ਮੈਂ ਅੰਦਰ ਆ ਚੁੱਕੀ ਹਾਂ ਲਾਈਕ ਸਬਸਕ੍ਰਾਈਬ ਲਾਜ਼ਮੀ ਅਤੇ ਫਿਰ ਮਿਲਦੇ ਆਪਣੇ ਨੈਕਸਟ ਵਲੌਗ ਮੇਂ ਤਬ ਕੇ ਲੀਏ ਬਾਏ।